अमृतसर विच कोरोना वायरस नूं लै के मौजूद स्थिति अते इस दी रोकथाम लई व्यंतबंदी करन वास्ते मेडिकल सिक्ख्या मंत्री ओम प्रकाश सोनी ने सिहत विभाग दे सलाहकार डॉक्टर के तलवाड़, सकत्तर सेहत डी के तिवारी अते जिला अधिकारियां नाल मीटिंग कीती। इस मीटिंग विच फैसला लिया गया कि मेडिकल कॉलेज अते हॉस्पिटल अमृतसर हरेक व्यक्ति दी कोविड रिपोर्ट 24 घंटियां विच देवे, जिस नाल शकी व्यक्तियां नूं मानसिक तनाव तों मुक्ति मिल सके ਅਤੇ ਪੋਜ਼ਿਟਿਵ ਆਏ ਮਰੀਜ਼ ਦਾ ਇਲਾਜ ਸ਼ੁਰੂ ਕਰਕੇ ਉਸ ਦੇ ਸੰਪਰਕ ਚੇਨ ਨੂੰ ਤੋੜਿਆ ਜਾ ਸਕੇ। ਉਹਨਾਂ ਆਖਿਆ ਕਿ ਕੋਰੋਨਾ ਮਰੀਜ਼ਾਂ ਦਾ ਇਲਾਜ ਪਲਾਜ਼ਮਾ ਨਾਲ ਵੀ ਸ਼ੁਰੂ ਕੀਤਾ ਗਿਆ ਹੈ। ਮੀਟਿੰਗ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਵੀ ਕੀਤੀ ਗਈ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ, ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ, ADC ਹਿਮਾਂਸ਼ੂ ਅਗਰਵਾਲ, ਪ੍ਰਿੰਸੀਪਲ ਮੈਡੀਕਲ ਕਾਲਜ ਡਾਕਟਰ ਸੁਜਾਤਾ ਸ਼ਰਮਾ, ਸਿਵਲ ਸਰਜਨ ਡਾਕਟਰ ਜੂਲ ਕਿਸ਼ੋਰ ਸਮੇਤ ਕਈ ਅਧਿਕਾਰੀ ਮੌਜੂਦ ਸਨ। ਮੈਂ ਸਮਝਣਾ ਸਰਕਾਰ ਦੀ ਬੜੀ ਵੱਡੀ ਉਪਲਬਧੀ ਹੈ। CM ਸਾਹਿਬ ਜਿਹੜੇ ਰਾਤ ਦਿਨ ਕਰੋਨਾ ਵਾਇਰਸ ਦੀ ਲੜਾਈ ਜਿਹੜੀ ਅਸੀਂ ਲੜੇ ਆ, ਉਹਨਾਂ ਦੀ ਯੋਗ ਅਗਵਾਈ 'ਚ ਸਭ ਤੋਂ ਪਹਿਲਾਂ ਪੰਜਾਬ ਸਟੇਟ ਨੇ ਇਹ ਜਿਹੜੀਆਂ ਟੈਸਟਿੰਗ ਦੀਆਂ ਮਸ਼ੀਨਾਂ ਜਿਹੜੀਆਂ ਨੇ, ਜਿਹਦੀ ਕਪੈਸਿਟੀ ਡੇਲੀ ਜਿਹੜੀ ਹੈ ਉਹ 3000 ਦੇ ਕਰੀਬ ਹੈ। ਤਿੰਨਾਂ ਮੈਡੀਕਲ ਕਾਲਜਾਂ 'ਚ ਅੱਜ ਉਹ ਮਸ਼ੀਨਾਂ ਜਿਹੜੀਆਂ ਚੱਲ ਰਹੀਆਂ ਨੇ। ਅਸੀਂ ਡੇਲੀ ਜਿਹੜੇ ਪੰਜਾਬ 'ਚ ਜਿਹੜੇ ਤਿੰਨਾਂ ਮੈਡੀਕਲ ਕਾਲਜਾਂ 'ਚ ਸਾਡੀ ਜਿਹੜੀ ਕਪੈਸਿਟੀ ਹੈ ਟੈਸਟਾਂ ਦੀ, ਉਹ ਡੇਲੀ ਅਸੀਂ 9-10 ਹਜ਼ਾਰ ਦੇ ਕਰੀਬ ਜਿਹੜੀ ਹੈ ਤਿੰਨਾਂ ਮੈਡੀਕਲ ਕਾਲਜਾਂ 'ਚ ਉਹ ਟੈਸਟਿੰਗ ਹੋ ਰਹੀ ਹੈ। ਸੋ ਅੱਜ ਤੱਕ ਜਿਹੜੇ ਤਿੰਨਾਂ ਮੈਡੀਕਲ ਕਾਲਜਾਂ 'ਚ 4000 ਦੇ ਕਰੀਬ ਜਿਹੜੇ ਪੋਜ਼ਿਟਿਵ ਪੇਸ਼ੈਂਟ ਆਏ ਨੇ। ਸੋ ਉਹਨਾਂ ਦਾ ਇਲਾਜ ਜਿਹੜਾ ਉਹ ਬਹੁਤ ਜ਼ਿਆਦਾ ਸਾਡੇ ਜਿਹੜੇ ਪੇਸ਼ੈਂਟ ਨੇ ਉਹ ਸਰਕਾਰੀ ਹਸਪਤਾਲਾਂ 'ਚ ਨੇ। ਜਿਸ ਤਰ੍ਹਾਂ ਸਾਡਾ ਪਟਿਆਲਾ ਮੈਡੀਕਲ ਕਾਲਜ ਆ, ਅੰਮ੍ਰਿਤਸਰ ਮੈਡੀਕਲ ਕਾਲਜ ਆ, ਫਰੀਦਕੋਟ ਮੈਡੀਕਲ ਕਾਲਜ ਆ। ਸੋ ਇਹਨਾਂ 'ਚ ਕਾਫੀ ਪੇਸ਼ੈਂਟ ਜਿਹੜੇ ਨੇ ਉਹ ਸਰਕਾਰੀ ਹਸਪਤਾਲਾਂ 'ਚ ਆ ਰਹੇ ਨੇ। ਹਰ ਤਰ੍ਹਾਂ ਦੀ ਟ੍ਰੀਟਮੈਂਟ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਸਰਕਾਰ ਜਿਹੜੀ ਆ CM ਸਾਹਿਬ ਦੀ ਯੋਗ ਅਗਵਾਈ 'ਚ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ। ਬੜੀ ਬੜੀ ਕੋਸਟਲੀ ਜਿਹੜੀ ਮੈਡੀਸਨ ਆ ਉਹ ਵੀ ਸਰਕਾਰ ਵੱਲੋਂ ਭੇਜੀ ਜਾ ਰਹੀ ਆ। ਈਵਨ ਕਿ ਜਿਹੜੇ ਇੰਜੈਕਸ਼ਨ ਨੇ, ਬਹੁਤ ਕੋਸਟਲੀ ਇੰਜੈਕਸ਼ਨ ਜਿਹੜਾ ਪੇਸ਼ੈਂਟ ਲਈ, ਉਹ ਵੀ ਜਿਹੜੇ ਸਾਡੇ ਸਾਰੇ ਹਸਪਤਾਲਾਂ 'ਚ ਅਵੇਲੇਬਲ ਨੇ। ਉਹਦੀ ਕੀਮਤ ਜਿਹੜੀ ਆ 30,000 ਤੋਂ ਲੱਗ ਕੇ 40,000 ਦੇ ਕਰੀਬ ਜਿਹੜੀ ਹੈ ਕਿ ਇੰਜੈਕਸ਼ਨ ਦੀ ਕੀਮਤ ਹੈ, ਜਿਹੜੀ ਸਰਕਾਰ ਵੱਲੋਂ ਸਾਰੇ ਅਰੇਂਜਮੈਂਟ ਕੀਤੇ ਗਏ CM ਸਾਹਿਬ ਵੱਲੋਂ। ਸੋ ਉਹਦੇ ਨਾਲ ਨਾਲ ਅਸੀਂ ਜਿਹੜੀ ਆ IMCR ਵੱਲੋਂ ਜਿਹੜੀ ਹੈਗੀ ਆ ਜਿਹੜੀ ਪਲਾਜ਼ਮਾ ਥਰੋਪੀ, ਉਹਦੇ ਨਾਲ ਵੀ ਪੇਸ਼ੈਂਟ ਜਿਹੜੇ ਨੇ ਉਹਦੀ ਸਾਨੂੰ ਪਰਮਿਸ਼ਨ ਮਿਲ ਗਈ ਦਿੱਲੀ ਤੋਂ। ਹੁਣ ਅਸੀਂ ਤਿੰਨੇ ਮੈਡੀਕਲ ਕਾਲਜਾਂ 'ਚ ਪਲਾਜ਼ਮਾ ਥਰੋਪੀ ਜਿਹੜੀ ਆ ਉਹਦੇ ਨਾਲ ਵੀ ਅਸੀਂ ਪੇਸ਼ੈਂਟਾਂ ਦਾ, ਕਿਉਂਕਿ ਜਿਹੜੇ ਪੇਸ਼ੈਂਟ ਠੀਕ ਹੋ ਕੇ ਜਾ ਰਹੇ ਨੇ ਕਰੋਨਾ ਦੇ, ਉਹਨਾਂ ਦੇ ਬਲੱਡ ਤੋਂ ਮਿਲ ਰਹੀ ਹੈ। ਸੋ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰ ਰਹੇ ਹਾਂ ਸਾਰਿਆਂ ਨੂੰ ਕਿ ਤੁਹਾਡੇ ਜਿਹੜੀ ਇਹ ਥਰੈਪੀ ਹੈ ਉਹਦੇ ਨਾਲ ਪੇਸ਼ੈਂਟ ਜਿਹੜੇ, ਜੇ ਉਹਨਾਂ ਨੂੰ ਅਸੀਂ ਉਹ ਸੈੱਲ ਦੇ ਦਈਏ ਉਹ ਪੇਸ਼ੈਂਟ ਠੀਕ ਹੋ ਜਾਣ। ਸੋ ਅੰਮ੍ਰਿਤਸਰ 'ਚ ਵੀ 2-3 ਪੇਸ਼ੈਂਟਾਂ ਦੇ ਸਾਨੂੰ ਜਿਹੜੇ ਪੇਸ਼ੈਂਟ ਸੀਗੇ ਪੋਜ਼ੀਟਿਵ ਜਿਹੜੇ ਠੀਕ ਹੋ ਕੇ ਗਏ ਨੇ, ਉਹਨਾਂ ਨੇ ਉਹ ਆਪਣਾ ਬਲੱਡ ਜਿਹੜਾ ਉਹ ਡੋਨੇਟ ਕੀਤਾ। ਸੋ ਮੈਂ ਸਮਝਦਾ ਉਹ ਅਸੀਂ ਪੇਸ਼ੈਂਟ ਨੂੰ ਦਿੱਤਾ, ਉਹਦੇ ਨਾਲ ਪੇਸ਼ੈਂਟ ਠੀਕ ਹੋ ਰਹੇ ਨੇ। ਸੋ ਇਹ ਵੀ ਜਿਹੜੀ ਆ ਥਰੋਪੀ ਜਿਹੜੀ ਹੈ ਪਲਾਜ਼ਮਾ ਥਰੋਪੀ, ਇਹ ਵੀ ਪੇਸ਼ੈਂਟ ਲਈ ਠੀਕ ਰਹੇਗੀ।